ਸੰਗਤ ਜੀ ਇਸ ਟਾਈਮ ਸਾਡੇ ਨਾਲ ਸ਼੍ਰੀ ਜੋ ਸ਼੍ਰੀ ਗੁਰੂ ਸਿੰਘ ਸਭਾ ਦਾਦਰ ਬੰਬੇ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਦੇ ਹਾਂ ਕੁਲਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਅਸੀਂ ਇਸ ਚੀਜ਼ ਨੂੰ ਇੱਕਦਮ ਕੰਡਮ ਕਰਦੇ ਹਾਂ ਤੇ ਅਸੀਂ ਕੰਸਰਨ ਅਥਾਰਟੀ ਨੂੰ ਲੈਟਰ ਵੀ ਲਿਖਾਂਗੇ ਕਿ ਇਹ ਚੀਜ਼ ਜੋ ਹੈ ਇਸ ਚੀਜ਼ ਤੇ ਬਕਾਇਦਾ ਮਾਫੀ ਮੰਗੀ ਜਾਏ ਜਿਸ ਵੱਲੋਂ ਵੀ ਇਹ ਹੋਇਆ ਹੈ ਕਿਉਂਕਿ ਇਹ ਜੋ ਹੈ ਸਿੱਖ ਸੰਗਤ ਤੇ ਔਰ ਸਾਡੀ ਗੁਰਬਾਣੀ ਉੱਤੇ ਬਹੁਤ ਵੱਡੀ ਚੋਟ ਹੈ ਠੀਕ ਹੈ ਲਗਾਤਾਰ ਬੰਬੇ ਦੀ ਸਿੱਖ ਸੰਗਤ ਇਸ ਬਾਰੇ ਕੀ ਸਮਝਦੀਆਂ ਨੇ ਬੰਬੇ ਸਿੱਖ ਸੰਗਤ ਇਸ ਬਾਰੇ ਕਾਫੀ ਰੋਸ਼ ਹੈ ਕਿ ਇਹ ਦੀ ਘਟਨਾ ਇਹ ਨਹੀਂ ਹੋਣੀ ਚਾਹੀਦੀ ਤੁਸੀਂ ਕਿੱਦਾਂ ਸਮਝਦੇ ਹੋ ਕਿ ਜਿਸ ਤਰੀਕੇ ਲਗਾਤਾਰ ਮੂਲ ਮੰਤਰ ਦੀ ਜੋ ਉੱਪਰ ਡਾਂਸ ਦੀ 2 ਸਾਲ ਪਹਿਲੇ ਵੀ ਇੱਕ ਵੀਡੀਓ ਆਈ ਸੀ ਹੁਣ ਦੁਬਾਰਾ ਇਹ ਮਾਮਲਾ ਦੁਬਾਰਾ ਆਇਆ ਹੈਗਾ ਲਗਾਤਾਰ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਲਗਾਤਾਰ ਇੱਕ ਛੋਟੀ ਜੰਦੀ ਸਾਜੀ ਦੇ ਅਧੀਨ ਹੋ ਰਿਹਾ ਹੈ ਕਿ ਕਿਹਨਾਂ ਨੇ ਕਰਾਇਆ ਉਹਨਾਂ ਨੂੰ ਪਤਾ ਨਹੀਂ ਹੈ ਦੇ ਨੋ ਵੈਰੀ ਵੈਲ ਕਿ ਗੁਰਬਾਣੀ ਕਿਸ ਤਰੀਕੇ ਨਾਲ ਪੜੀ ਜਾਂਦੀ ਹੈ ਤੇ ਕਿਸ ਤਾਂ ਤੇ ਪੜੀ ਜਾਂਦੀ ਹੈ ਹਾਂਜੀ ਹਾਂਜੀ ਇਹ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਲੇਕਿਨ ਫਿਰ ਵੀ ਇਹ ਦੀਆਂ ਕੰਮ ਕਰਦੇ ਨੇ ਇਹ ਸੋਚਦੇ ਨੇ ਕਿ ਸਿੱਖ ਕਿਤੇ ਸੁੱਤੇ ਹੋਏ ਨੇ ਉਹ ਦੇਖਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਜੋ ਅਸੀਂ ਇਹ ਦੱਸਾਂਗੇ ਅਸੀਂ ਸੁੱਤੇ ਹੋਏ ਨਹੀਂ ਆ ਗੁਰਬਾਣੀਆਂ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਨਹੀਂ ਕਰ ਰਹੇ ਠੀਕ ਹੈ ਸ਼੍ਰੀ ਗੁਰੂ ਸਿੰਘ ਸਾਹਿਬ ਵੱਲੋਂ ਕੋਈ ਐਕਸ਼ਨ ਇਸ ਬਾਰੇ ਕੋਈ ਲਿੱਤਾ ਜਾ ਰਿਹਾ ਹੈ ਕੋਈ ਕੋਈ ਲਿਖਾਂਗੇ ਰਾਸ਼ਟਰਪਤੀ ਨੂੰ ਇਸ ਚੀਜ਼ ਬਾਰੇ ਜੋ ਹੈ ਜੇਕਰ ਹੋ ਸਕਿਆ ਤੇ ਲੀਗਲੀ ਅਸੀਂ ਟਰਾਈ ਕਰਾਂਗੇ ਜਿਹੜੇ ਉਹ ਅਸੀਂ ਅਸਪੈਕਟ ਦੇਖਦੇ ਹਾਂ ਠੀਕ ਲੀਗਲੀ ਅਸੀਂ ਕਿਸ ਤਰ੍ਹਾਂ ਜੋ ਹੈ ਇਸ ਨੂੰ ਚੈਲੰਜ ਕਰ ਸਕਦੇ ਹਾਂ ਠੀਕ ਹੈ ਕੁਲਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ